ਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਜੀ ਤੇ ਇਹ ਗੁੜੀਆ ਦੀ ਪ੍ਰੋਬਲਮ ਸੀਗੀ ਕਫ ਦੇ ਰਿਲੇਟਡ ਸੀਗੀ ਤੇ ਹੁਣ ਆਪਾਂ ਇਹਨਾਂ ਨੂੰ ਹੀ ਪੁੱਛਦੇ ਆ ਬੇਟਾ ਕਿੱਥੋਂ ਆਏ ਤੁਸੀਂ ਬਲੋਚੀ ਤੋਂ ਪਟਿਆਲੇ ਤੋਂ ਓਕੇ ਡਿਸਟ੍ਰਿਕਟ ਪਟਿਆਲਾ ਹੈ ਤੇ ਕੀ ਸਮੱਸਿਆ ਸੀ ਬੇਟਾ ਤੁਹਾਨੂੰ ਮੈਨੂੰ ਅਸਥਮਾ ਦੀ ਪ੍ਰੋਬਲਮ ਸੀ ਹੁਣ ਮੈਂ ਠੀਕ ਹਾਂ ट्रीटमेंट लिया होर भी कितो ट्रीटमेंट संगरूर पीजीआई बनी गई है ਬਾਕੀ ਹੋਰ ਵੀ ਜਿਹੜੇ ਨੇੜੇ ਨੇੜੇ ਡਾਕਟਰ ਹੈਗੇ ਸੀ ਸਾਰਿਆਂ ਤੋਂ ਲੈਤਾ ਹੋਇਆ ਸੀ ਆਰਾਮ ਨਹੀਂ ਸੀ ਆ ਰਿਹਾ ਗੋਲੀਆਂ ਦੇ ਨਾਲ ਇੱਕ ਵਾਰੀ ਆਰਾਮ ਆ ਜਾਂਦਾ ਸੀ ਫਿਰ ਬਾਅਦ ਚ ਫਿਰ ਹੁਣ ਟੈਂਪਰੇਰੀ ਜਿਵੇਂ ਆਪਾਂ ਕਹਿ ਦਈਏ ਦਵਾਈ ਦੇ ਦਿੱਤੀ ਤਾਂ ਥੋੜੀ ਦੇਰ ਆਰਾਮ ਰਿਹਾ ਹਾਂ ਤਾਂ ਪੀਜੀਆਈ ਉਹ ਤੋਂ ਵੀ ਕਰਵਾਇਆ ਆਪਣਾ ਜਿਹੜਾ ਪਟਿਆਲੇ ਹਸਪੀਟਲ ਹੈ ਜੀ ਉੱਥੋਂ ਵੀ ਕਰਵਾਇਆ ਸੀ ਉਹਨਾਂ ਨੇ ਇਹਨੂੰ ਅਸਥਮਾ ਦਾ ਜਿਹੜਾ ਪੰਪ ਲੱਗਾ ਟੀਬੀ ਹਸਪੀਟਲ ਹਾਂ ਟੀਬੀ ਹਸਪੀਟਲ ਜੋ ਪੰਪ ਲਾਤਾ ਸੀ ਜੀ 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 ਇਸ ਬੱਚੇ ਨੂੰ ਨਾ ਤਾਂ ਕੋਈ ਇਦਾਂ ਦੀ ਪ੍ਰੋਬਲਮ ਆ ਭੈਣ ਜੀ ਨਾ ਕੋਈ ਟੀਬੀ ਸੀਗੀ ਨਾ ਕੋਈ ਅਸਥਮੇ ਦੀ ਇਹਨੂੰ ਪ੍ਰੋਬਲਮ ਆ ਇਹਨੂੰ ਜਸਟ ਇੱਕ ਐਲਰਜੀ ਸੀ ਬੱਚਾ ਬਿਲਕੁਲ ਠੀਕ ਠਾਕ ਆ ਉਹ ਦਵਾਈਆਂ ਇੰਨੀਆਂ ਸਟਰੋਂਗ ਦਿੱਤੀਆਂ ਜਾਂਦੀਆਂ ਸੀ ਵੀ ਠੀਕ ਹੋਣ ਦੀ ਬਜਾਏ ਹੋਰ ਪ੍ਰੋਬਲਮ ਕ੍ਰੀਏਟ ਹੁੰਦੀ ਸੀ ਜਦਕਿ ਬੱਚਾ ਬਿਲਕੁਲ ਠੀਕ ਠਾਕ ਆ ਕੋਈ ਸਮੱਸਿਆ ਨਹੀਂ ਬੱਚੇ ਨੂੰ ਕਿਸੇ ਕਿਸਮ ਦੀ ਨਾ ਇਹਨੂੰ ਕੋਈ ਇੱਦਾਂ ਦੀ ਸਮੱਸਿਆ ਆਉਣੀ ਆ ਸੋ ਆਯੁਰਵੇਦ 'ਚ ਆਪਾਂ ਨੇ ਜਿਹੜੀ ਦਵਾਈ ਇਹਨੂੰ ਦਿੱਤੀ ਨੋਰਮਲ ਦਵਾਈਆਂ ਦਿੱਤੀਆਂ ਬੱਚਾ ਬਿਲਕੁਲ ਠੀਕ ਆ ਤੁਹਾਡੇ ਸਾਹਮਣੇ ਆ ਤੰਦਰੁਸਤ ਆ ਠੀਕ ਆ ਬੇਟੇ ਠੀਕ ਆ ਹੁਣ ਤਾਂ ਕੋਈ ਵਰੀ ਨਹੀਂ ਕਰਨਾ ਤੁਹਾਨੂੰ ਕੋਈ ਅਸਥਮਾ ਨਹੀਂ ਕੋਈ ਟੀਬੀ ਨਹੀਂ ਉਹ ਗਲਤ ਡਾਇਗਨੋਸ ਹੁੰਦਾ ਰਿਹਾ ਜਦਕਿ ਬੱਚੇ ਨੂੰ ਤੁਸੀਂ ਕੋਈ ਵੀ ਇਹਦਾ ਟੈਸਟ ਕਰਾ ਲਓ ਇਹਨੂੰ ਕੋਈ ਸਮੱਸਿਆ ਨਹੀਂ ਆਉਣੀ ਕੁਝ ਵੀ ਨਹੀਂ ਆਇਆ ਟੈਸਟ ਪਹਿਲਾਂ ਕਰਵਾਏ ਸੀ ਟੈਸਟ ਉਹਦੇ ਵਿੱਚ ਕੋਈ ਸਮੱਸਿਆ ਨਹੀਂ ਸੀ ਕੋਈ ਸਮੱਸਿਆ ਅੱਛਾ ਪੰਪ ਲਾਤਾ ਸੀ ਹਾਂਜੀ ਉਹਨਾਂ ਨੇ ਪੰਪ ਲਾਤਾ ਸੀਗਾ ਐਕਸਟਰਾ ਵੀ ਇਹਦੇ ਕਰੇ ਹੋਏ ਸੀਗੇ ਉਹਦੇ ਵਿੱਚ ਵੀ ਕੁਝ ਵੀ ਨਹੀਂ ਸੀ ਆਉਂਦਾ ਤੇ ਇੱਥੋਂ ਬੈਜ ਜੀ ਤੋਂ ਦਵਾਈ ਲੈਣ ਨਾਲ ਕਿੰਨੀ ਦੇਰ ਚ ਇਹਨੂੰ ਆਰਾਮ ਮਿਲਿਆ ਬੱਚੇ ਨੂੰ ਘੱਟੋ ਘੱਟ तंग सी पर अपने आप च एक समस्या बनी हुई सी सो हुण इह तंदुरुस्त आ बच्ची मैं जी की होर कुछ कहना चाहूंगी बस ठीक है जी यही है आयुर्वेद नाल जुड़न लोग क्योंकि आयुर्वेद दे विच हर प्रॉब्लम दा हल आ कई बार असी एलोपैथी दे विच जिहड़ियां प्रॉब्लम नहीं हुंदियां उहनां दी भी दवाई खांदे रहिंदे आ जदके हल हुंदा बिल्कुल छोटी जी दवाई नाल